ਨਾਲ ਪਿਆਰੇ ਨੇ ਜਿਹਦੇ ਵਿੱਚ ਕਾਦੀਆਨੀਅਤ ਮੌਜੂਦ ਹੋਵੇ, ਮਿਰਜ਼ਾਈਅਤ ਨਵਾਜ਼ੀਅਤ ਮੌਜੂਦ ਹੋਵੇ, ਅਤੇ ਫਿਰ ਮੈਂ ਪੰਜਾਬ ਦੀ ਲੈਲਾ ਨੂੰ ਵੀ ਕਹਾਂਗਾ, ਜਿਹੜਾ ਜਿਹੜਾ ਇਹ ਜਿਹੜਾ ਵਫਾਕ ਦਾ ਜਿਹੜਾ ਨਾ ਮਜਨੂੰ, ਉਹਨੂੰ ਵੀ ਮੈਂ ਕਹਾਂਗਾ। ਅਰਸ਼ਦ ਨਦੀਮ ਨੂੰ ਕਰੋੜਾਂ ਰੁਪਈਆ ਦੇਣ ਵਾਲੇ ਹੋ, ਹੁਣ ਉਲਮਾ ਨੂੰ ਦਾ ਇਹਸਾਨਮੰਦ ਕਦੀ ਜ਼ੁਬਾਨ ਨਾਲ ਹੀ ਨਿਰਾ ਕਹਿ ਦਿਓ, ਨਿਰਾ ਗ੍ਰਿਫਤਾਰੀਆਂ ਨਾਲ ਇਸ ਉਲਮਾ ਨੂੰ ਪਰੇਸ਼ਾਨ ਕਰਦੇ ਪਏ ਹੋ। ਹੁਣ ਜਿਹੜੀ ਪੰਜਾਬ ਦੀ ਲੈਲਾ ਨਾ, ਸਮਝ ਤਾਂ ਤੁਸੀਂ ਗਏ ਹੋ, ਪੰਜਾਬ ਦੀ ਲੈਲਾ ਨੂੰ ਮੈਂ ਕਹਾਂਗਾ ਅਤੇ ਵਫਾਕ ਦੇ ਮਜਨੂੰ ਨੂੰ ਵੀ ਕਹਾਂਗਾ। ਪਰ ਤੁਹਾਡਾ ਹੁਣ ਹੱਕ ਬਣਦਾ ਹੈ, ਉਲਮਾ ਦਾ ਸ਼ੁਕਰੀਆ ਅਦਾ ਕਰੋ ਜਿਨ੍ਹਾਂ ਨੇ ਪਾਕਿਸਤਾਨ ਨੂੰ ਹਰ ਤਰ੍ਹਾਂ ਦੀ ਖੂਨ ਰੇਜ਼ੀ ਤੋਂ ਬਚਾ ਲਿਆ। ਅਗਰ ਕਸਮ ਚਾ ਕੇ ਪਹਿਨਾ, ਅਗਰ ਉਲਮਾ ਅਮਨ ਦੇ ਦਾਈ ਨਾ ਹੁੰਦੇ, ਬਿਲਖਸੂਸ ਤਹਿਰੀਕ ਲੱਬੈਕ ਨੂੰ ਟਾਰਗੇਟ ਕੀਤਾ ਜਾਂਦਾ ਹੈ, ਅਮਨ ਦੇ ਦਾਈ ਨਾ ਹੁੰਦੇ ਤਾਂ ਜਨਾਬ ਇਹ ਇਕੱਲੇ ਖੂਨ ਰੇਜ਼ੀਆਂ ਹੋ ਜਾਣੀਆਂ। ਸਾਡੇ ਇੱਕ ਨਾ ਅਬੁਲ ਖੈਰ ਮੁਹੰਮਦ ਜ਼ੁਬੈਰ ਹੈਦਰਾਬਾਦ ਤੋਂ ਤਸ਼ਰੀਫ ਲਏ, ਬਜ਼ੁਰਗ ਤੋਫੀਕ ਅਤਾ ਫਰਮਾਏ, ਕਰਬਲਾ ਵਾਲਿਆਂ ਦਾ ਸੱਚੇ ਦਿਲ ਨਾਲ ਪਿਆਰ ਕਰਨ ਦੀ ਤੋਫੀਕ ਅਤਾ ਫਰਮਾਏ। ਅਗਲੀ ਗੱਲ, ਜਿਹੜਾ ਕੱਲ੍ਹ ਫੈਸਲਾ ਦੂਸਰਾ 22 ਅਗਸਤ ਨੂੰ, 22 ਅਗਸਤ ਨੂੰ ਸੁਪਰੀਮ ਕੋਰਟ ਦੇ, ਮੈਂ ਉਹਨੂੰ ਕੀ ਆਖਿਆ ਸੀ ਭਲਾ, ਚੁਪੜਾ ਸੀ, ਅਤੇ ਮੈਂ ਹੁਣ ਕਹਾਂਗਾ ਫਿਰ ਕਹਾਂਗਾ ਬਈ ਜਨਾਬ ਚੁਪੜਾਸੀ ਸਾਹਿਬ, ਚੁਪੜਾਸ ਪੁਣਾ ਛੱਡ ਦਿਆ ਜੇ ਤਫਸੀਲੀ ਫੈਸਲੇ ਵਿੱਚ। ਬਸ ਤੁਸੀਂ ਆਖਿਆ ਨਾ ਜਨਾਬ ਠੀਕ ਹੈ, ਉਲਮਾ ਨੂੰ ਤੁਸੀਂ ਆਪਣੇ ਚੈਂਬਰ ਦੇ ਵਿੱਚ ਬੁਲਾ ਕੇ ਤਾਂ ਤੁਸੀਂ ਉਹਨਾਂ ਨਾਲ ਗੈਰ ਮੁਤਵੱਕੇ ਗੈਰ ਯਕੀਨੀ ਮੁਲਾਕਾਤ ਕਰਕੇ ਤੁਸੀਂ ਕਿਹਾ ਜੀ ਠੀਕ ਹੈ, ਜਿਵੇਂ ਫਿਰ ਤੁਸੀਂ ਕਹਿੰਦੇ ਹੋ। ਮੈਂ ਮੁਖਤਸਰ ਤੁਹਾਨੂੰ ਖੁਲਾਸਾ ਦੱਸਣਾ, ਅਤੇ ਮੈਂ ਇੱਕ ਪੈਗਾਮ ਦੇਵਾਂਗਾ ਜਨਾਬ। ਵੈਸੇ ਤੁਸੀਂ ਲੈ ਕੇ ਨਹੀਂ ਕਿ ਤੁਹਾਨੂੰ ਜਨਾਬ ਕਿਹਾ ਜਾਵੇ, ਕਿਉਂ ਇੱਥੇ ਇੱਕ ਜੁਮਲਾ ਤੁਸੀਂ ਪੜ੍ਹਨਾ ਸਾਰਿਆਂ ਨੇ, ਦੋ ਲੱਕੜੀਆਂ ਅਤੇ ਦੋ ਕਾਨੇ, ਤੁਸੀਂ ਆਖਣਾ ਮਿਰਜ਼ਾ ਮਰਿਆ ਟੱਟੀ ਖਾਨੇ, ਅਤੇ ਹੌਲੀ ਜਿਹਾ ਕਰਕੇ ਨਹੀਂ ਆਖਣਾ, ਜਿਹੜਾ ਹੌਲੀ ਆਖੇਗਾ ਮੈਂ ਬਿਲਕੁਲ ਉਹਦੇ ਕੋਲ ਉੱਠ ਕੇ ਟੁਰ ਜਾਣਾ। ਦੋ ਲੱਕੜੀਆਂ ਅਤੇ ਦੋ ਕਾਨੇ, ਪੜ੍ਹੇ ਲਿਖੇ ਕੋਈ ਨਹੀਂ ਬੋਲਦੇ ਪਏ, ਪੜ੍ਹੇ ਲਿਖੇ ਨਹੀਂ ਬੋਲਦੇ ਪਏ, ਜਿਹੜੇ ਨੇ ਗੂੜੇ ਉਹ ਬੋਲਦੇ ਪਏ ਨੇ। ਦੋ ਲੱਕੜੀਆਂ ਤੇ ਦੋ ਕਾਨੇ, ਇਹ ਸੁਣਾਣਾ ਇਹਨੂੰ ਜਿਹੜਾ ਚੁਪੜਾ ਸੀ ਇਹਨਾਂ ਦਾ, ਤੇ ਜਿਹਦੇ ਕੋਈ ਜਨਾਬ ਕੋਈ ਪਾਠ ਪਰੇਡ ਤੇ ਰਹਿ ਗਏ ਨੇ ਰਿਟਾਇਰ ਹੋਣ ਤੋਂ, ਉਹ ਸੁਣ, ਰਿਟਾਇਰ ਹੋਣੀ ਤੇ ਪਾਕ ਹੋ ਕੇ ਰਿਟਾਇਰ ਹੋਵੀ, ਕੋਲੇ ਆ ਤੈਨੂੰ ਕਹਿੰਦੇ ਜਗ੍ਹਾ ਨਹੀਂ ਹੋਈ ਮਿਲਣੀ ਪਾਕਿਸਤਾਨ ਦੇ ਅੰਦਰ। ਪਰ ਮੈਂ ਪੱਕੀ ਗੱਲ ਕਰ ਰਿਹਾ, ਵਾਅਦੇ ਕਰਦਾ ਪਿਆ ਵਾਂ, ਜਿਸ ਨੇ ਵੀ ਆਪਣੇ ਵਤਨ ਨਾਲ ਗੱਦਾਰੀ ਕੀਤੀ, ਆਪਣੇ ਵਤਨ ਦੇ ਆਇਨ ਨਾਲ ਗੱਦਾਰੀ ਕੀਤੀ, ਆਪਣੇ ਵਤਨ ਦੇ ਕਾਨੂੰਨ ਨਾਲ ਗੱਦਾਰੀ ਕੀਤੀ, ਉਹ ਯਾਰ ਉਹਨੂੰ ਵਤਨ ਜਗ੍ਹਾ ਨਹੀਂ ਦਿੰਦਾ। ਅਤੇ ਅੱਲਾਹ ਕੁਰਾਨ ਪੇ ਫਰਮਾਉਂਦਾ ਵਾ ਅਰਦੁੱਲਾਹ ਵਾਸਿਆ, ਸੁਣਿਆ ਇਹ ਸਾਰੀ ਜ਼ਮੀਨ ਤੇਰਾ ਮਿਲ ਕੇ, ਤੈਨੂੰ ਇਹ ਤੇਰੀ ਜ਼ਮੀਨ ਕੋਈ ਜਗ੍ਹਾ ਦੇਵੇ ਦੀ। ਹਜ਼ਰਤ ਦੀ ਮਕਾਮ ਤਵੱਜੋ ਤਵੱਜੋ ਤਵੱਜੋ, ਇਸ ਵਾਸਤੇ ਜਿਹੜਾ ਇਹ ਚੁੰਗੀ ਮੁਹਰਰ ਹੈ ਨਾ ਇਹਨਾਂ ਮਰਜ਼ਈਆਂ ਦਾ, ਹੁਣ ਮੈਂ ਇਹੀ ਕਹਾਂਗਾ ਕਿ ਜਿਹੜਾ ਤੂੰ ਉਲਮਾ ਨਾਲ ਵਾਅਦਾ ਕੀਤਾ ਤਾਂ ਤੂੰ ਇਹ ਕਿਹਾ ਮੈਂ ਨਮਾਜ਼ੀ ਹਾਂ, ਤੂੰ ਐਡਾ ਨਮਾਜ਼ੀ ਹੁੰਦੂ ਜਾਂ ਤੂੰ ਐਡਾ ਗਾਜ਼ੀ ਹੁੰਦੂ, ਤਾਂ ਇਹਨਾਂ ਦਾ ਮੁਹਰਰ ਨਾ ਬਣ ਦੋ, ਇਹਨਾਂ ਦਾ ਚੁੰਗੀ ਮੁਹਰਰ ਨਾ ਬਣ ਦੋ, ਇਹਨਾਂ ਕੋਲ ਮਸੂਲ ਨਾ ਲੈਂਦੋ, ਹਰ ਉਸ ਹਰਾਮ ਦੇ ਉੱਤੇ ਲਾਨਤ ਹੈ ਅਤੇ ਬੇਸ਼ੁਮਾਰ ਲਾਨਤ ਹੈ, ਜਿਹੜਾ ਹਰਾਮ ਮੁਸਲਮਾਨਾਂ ਨੂੰ ਨੁਕਸਾਨ ਦਿੰਦਾ ਹੋਵੇ, ਮੁਮਨੀਨ ਨੂੰ ਨੁਕਸਾਨ ਦਿੰਦਾ ਹੋਵੇ, ਔਰ ਫਿਰ ਮੇਰੇ ਮੁਸਤਫਾ ਦੀ ਸ਼ਰੀਅਤ ਨੂੰ ਨੁਕਸਾਨ ਦਿੰਦਾ ਹੋਵੇ, ਔਰ ਫਿਰ ਰੱਬੇ ਕਾਇਨਾਤ ਦੇ ਬਣਾਏ ਕੁਰਾਨ ਨੂੰ ਅਤੇ ਕਾਨੂੰਨ ਨੂੰ ਨੁਕਸਾਨ ਦਿੰਦਾ ਹੋਵੇ, ਬਿਹਤਰ ਇਹੀ ਹੈ ਕਿ ਕੋਈ ਬੰਦਾ ਵੀ ਇਹ ਮਿਰਜ਼ਈਆਂ ਨਾਲ ਯਾਰੀ ਨਾ ਲਾਵੇ। ਮਿਰਜ਼ਈਆਂ ਨਾਲ ਯਾਰੀ ਬੋਲੋ, ਮਿਰਜ਼ਈਆਂ ਨਾਲ ਯਾਰੀ, ਔਰ ਕਸਮ ਅੱਲਾਹ ਤਾਲਾ ਦੀ ਮੈਂ ਵੇਖਦਾ ਪਿਆ ਬੰਦੇ ਬੜੇ ਹੀ ਬੇਈਮਾਨ ਹੋ ਗਏ, ਬੜੇ ਹੀ ਬੇਈਮਾਨ ਹੋ, ਬੇਈਮਾਨ ਕਿਵੇਂ ਹੋ ਗਏ ਨੇ, ਬੇਈਮਾਨ ਇੰਝ ਹੋ ਗਏ ਨੇ ਬਈ ਜਿੱਥੋਂ ਥੋੜ੍ਹੀ ਜਿਹੀ ਸਹੂਲਤ ਲੱਭਦੀ ਉੱਥੇ ਹੋ ਜਾਂਦੇ ਨੇ, ਆਪਣਾ ਈਮਾਨ ਵੇਚਦੇ, ਔਰ ਇਹ ਮਿਰਜ਼ਈ ਉਹ ਲੋਕ ਨੇ, ਸੁਣੋ ਇਹ ਕੁੜੀਆਂ ਵੀ ਦਿੰਦੇ ਜੇ, ਇਹ ਬੰਗਲੇ ਵੀ ਦਿੰਦੇ ਜੇ, ਔਰ ਯੂਰਪੀ ਮੁਲਕ ਦੇ ਵੀਜ਼ੇ ਵੀ ਦਿੰਦੇ ਜੇ, ਅਤੇ ਆਉਂਦੇ ਜੇ ਆਪਣਾ ਈਮਾਨ ਸੰਚ ਦੇ ਅਸੀਂ ਤੈਨੂੰ ਸਾਰਾ ਕੁਝ ਦੇ ਛੱਡਣਾ ਆ, ਹੁਣ ਤੁਹਾਨੂੰ ਵਾਰਾ ਹੈ ਇਹ ਕੰਮ, ਬੋਲੋ
फिर बोलो आ मुंडे साढ़े बड़े झांसे बच्चे आ जाते हैं कहते हैं ठीक है जनाब जिम्मे तुम कहते हो यह थोड़े गवाड़ की गल है मैं हूँ करना ही नहीं है थोड़े गवाड़ की गल लेकिन जने तो एक जने तो फायदा आया है और एक तो बड़ा नुकसान आया है हजरत अजीमत वालों प्यारे ने जिंदे विच कादियानियत मौजूद होवे मिर्जाइयत नवाजियत मौजूद होवे ते फिर मैं पंजाब दी लैला नूं भी कहांगा तेरा जिहड़ा यह जिहड़ा वफाक दा जिहड़ा ना मजनू उन्हूं भी मैं कहांगा ओ अरशद नदीम नूं करोड़ां रुपया देण वाले ओ हुण उलमा नूं दा एहसानमंद कदी जुबान नाल ही निरा कह दिओ निरा गिरफ्तारियां नाल इस उलमा नूं परेशान करदे पए हो हुण जिहड़ी पंजाब दी लैला ना समझ ते तुसीं गए हो पंजाब दी लैला नूं मैं कहांगा ते वफाक दे मजनू नूं भी कहांगा पर तुहाडा हुण हक बणदा है उलमा दा शुक्रिया अदा करो जिन्हां ने पाकिस्तान नूं हर तरह की खून रेजी तो बचा लिया अगर कसम चा के पहना अगर उलमा अमन दे दाई ना हुंदे बिलखसूस तहरीक लबैक नूं टारगेट किया जाता है अमन दे दाई ना हुंदे ते जनाब ये कल खून रेजियां हो जाणगियां साढ़े एक एक ना अबुल खैर मोहम्मद जुबैर इज हैदराबाद तो तशरीफ लाए बुजुर्ग ये तहरीक लबैक दे नहीं वैसे सुन्नी मुसलमान पीर साहब ने गद्दी नशीन ने वो जल्द आए ना तो चीफ जस्टिस ने गल की थी उसने कहा जनाब हम हैदराबाद से आए हैं हजूर के खत्मे नबूबत पर पहरा देने के लिए आपने तमाम रास्ते बंद करवाए इस वास्ते सियाने बन जाओ ते अरशद नदीम एक नेजा सट्टे थे उन 10 करोड़ रुपये साड़ी लैला दें दी होवे ते शर्म वाली गल नहीं ते उलमा हजूर दे खत्म नबूवत ते पहरा देंदे हुण ते मुल्क पाकिस्तान दे अमन नूं बचांदे हुण ते फिर लैला दा हक नहीं बणदा ते फिर साढ़े वफाकी मजनू दा हक नहीं बणदा बणदा कि इन्हां नूं गले लाण ते इन्हां नूं इन्हां दी दावत करन इन्हां दा डिनर करन इन्हां नूं बुला के आखण तुहाडा शुक्रिया लेकिन साढ़े वफाक दे मजनू तो यही कह रहे हैं जनाब रेड जोन क्यों फलांगा गया क्यों जो है वो इन्होंने लैन अबूर की मैं आख्या तू इन रेड जोन पे आना है असी हजूर दे खत्मे नबूवत नूं रेड जोन कहते हैं इस वास्ते बंदे बन जाओ हजूर दे खत्मे नबूवत ते पहरा दोगे एन मुक्का बना के दसो मुक्का जी कैमरा मारो जी कैमरा मारो मुक्का बना के दसो पहरा दोगे सीना ताणो जवान सीना ताणो सिर उच्चा करो बाबे भी सिर उच्चा करो सिर उच्चा सीना ताण के मुक्का बढ़ा क्या को हम हाजिर हैं या रसूल अल्लाह हम ऊंचा बोलो हम हाजिर हैं या रसूल अल्लाह हम हाजिर हैं या रसूल अल्लाह नाल बोलो हम हाजिर हैं या रसूल अल्लाह हम हाजिर हैं या रसूल अल्लाह हम हाजिर हैं या रसूल अल्लाह सल्लल्लाहु अलैहि वसल्लम असि इज हाजर आ जिमें सुल्तान नूरुद्दीन जंगी हाजिर से इन चुया नू खुडा विच बाहर कढ़ के ते सी आखांदे साडा हजूर खात्मा